ਜਿਹੜਾ ਅੱਜ ਮਸਲਾ ਅਹਿਮ ਮਸਲਾ ਹੈਗਾ, ਜਿਹੜੀ ਭਾਰਤ ਦੀ ਸਰਕਾਰ ਹੈ ਅਤੇ ਭਾਰਤ ਦੀਆਂ ਅਦਾਲਤਾਂ ਕਹਿ ਦਈਏ ਬੇਇਨਸਾਫੀ ਕਰ ਰਹੀਆਂ ਨੇਗੀਆਂ। ਮਤਲਬ ਯੂਪੀ ਦੇ ਵਿੱਚ ਸਾਡੇ ਜੇ ਕਹਿ ਦਈਏ ਚਾਰ ਕਿਸਾਨ ਸ਼ਹੀਦ ਕਰੇ, ਦਿਨ ਦਿਹਾੜੇ ਗੱਡੀ ਚੜ੍ਹਾ ਕੇ ਮੰਤਰੀ ਦੇ ਮੁੰਡੇ ਨੇ, ਅਤੇ ਇੱਕ ਪੱਤਰਕਾਰ ਸ਼ਹੀਦ ਹੋਇਆ। ਨਹੀਂ ਆਮ ਵੀ ਐਕਸੀਡੈਂਟ ਹੋ ਜੇ ਘੱਟੋ ਘੱਟ ਮੇਰਾ ਖਿਆਲ ਹੈ 3 ਸਾਲ ਜ਼ਮਾਨਤ ਨਹੀਂ ਹੁੰਦੀ। ਮੈਂ ਤਾਂ ਇਹੀ ਕਹੂੰ ਸਰਕਾਰ ਅਤੇ ਅਦਾਲਤਾਂ ਦੀ ਮਿਲੀ ਭੁਗਤਾਂ ਉਹਨੂੰ ਜ਼ਮਾਨਤ ਦੇ ਤੀ। ਇੱਕ ਤਰ੍ਹਾਂ ਭਾਰਤ ਸਰਕਾਰ ਨੇ ਕਿਸਾਨਾਂ ਦੇ ਜ਼ਖਮਾਂ 'ਤੇ ਨੂਨ ਛਿੜਕਿਆ ਹੈਗਾ ਅਤੇ ਬਹੁਤ ਬੇਇਨਸਾਫੀ ਕਿਸਾਨਾਂ ਨਾਲ ਕਰੀ ਹੈਗੀ, ਜਿਹੜਾ ਉਹਨੂੰ ਜ਼ਮਾਨਤ ਦਿੱਤੀ ਹੈ। ਦੂਜਾ, ਬਹੁਤ ਲੋਕ ਲੜਨ ਵਾਲੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ, ਉਹ ਸਿੰਘ ਹੋਣ ਜਾਂ ਜੇ ਕਹੀਏ ਮੁਸਲਮਾਨਾਂ 'ਚੋਂ ਹੋਣ, ਹਿੰਦੂਆਂ 'ਚ ਹੋਣ, ਜਿਹੜੇ ਲੜਨੇ ਬੁੱਧੀਜੀਵੀ ਅੰਦਰ ਬੈਠੇ ਨੇ, ਕਿਸੇ ਨੂੰ ਪਰੋਲੋ ਨਹੀਂ ਮਿਲ ਰਹੀ। ਪਰੋਲੋ ਮਿਲਣਾ ਇੱਕ ਮੌਲਿਕ ਅਧਿਕਾਰ ਹੈ, ਮਿਲਣਾ ਚਾਹੀਦਾ, ਕਿਸੇ ਨੂੰ ਵੀ ਮਿਲਿਆ, ਪਰ ਉਹਨਾਂ ਨੂੰ ਮਿਲ ਨਹੀਂ ਰਹੀ। ਆਪਦੀਆਂ ਵੋਟਾਂ ਦੇ ਲਾਲਚ ਦੇ ਮਾਰੇ ਨੇ, ਮਤਲਬ ਉਹਨਾਂ ਨੇ ਵੀ ਇੱਥੇ ਕਿਵੇਂ ਤਰੀਕੇ ਨਾਲ ਸਾਡੀ ਵੋਟ ਵਧੇ, ਕੀ ਕਰਨਾ ਹੈਗਾ, ਅਤੇ ਉਹਨਾਂ ਨੂੰ ਮਤਲਬ ਪਰੋਲੋ ਦਿੱਤੀ ਜਾ ਰਹੀ ਹੈ ਅਤੇ ਜ਼ਮਾਨਤਾਂ 'ਤੇ ਰਿਹਾਅ ਕੀਤਾ ਜਾ ਰਿਹਾ। ਅਸੀਂ, ਮੈਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਆਪਦਾ ਇੱਕ ਕੈਂਡੀਡੇਟ ਗੁਰਨਾਮ ਸਿੰਘ ਭੀਖੀ ਖੜ੍ਹਾ, ਅਤੇ ਅਸੀਂ ਚੋਣ ਤੋਂ ਵਾਪਸ ਆ ਰਹੇ ਹਾਂਗੇ, ਨਾ ਕਿਤੇ ਪੋਲਿੰਗ ਲਾਵਾਂਗੇ ਨਾ ਚੋਣ ਲੜਾਂਗੇ। ਇਸ ਕਰਕੇ ਸਾਨੂੰ ਰੋਸ ਹੈਗਾ, ਅਸੀਂ ਮੁੜ ਸੜਕਾਂ ਦੇ ਉੱਤੇ ਉਤਰਾਂਗੇ, ਸੰਘਰਸ਼ ਲੜਾਂਗੇ। 14 ਤੋਂ ਲੈ ਕੇ 16 ਤੱਕ ਪ੍ਰਧਾਨ ਮੰਤਰੀ ਦੀਆਂ ਇਸ ਰੋਸ ਦੇ ਵਿੱਚ ਅਰਥੀਆਂ ਸਾੜੀਆਂ ਜਾਣਗੀਆਂ ਅਤੇ ਅੰਦੋਲਨ ਦੇ ਵਿੱਚ ਹਿੱਸੇ ਲਵਾਂਗੇ। ਅਸੀਂ ਅੱਜ ਆਪਦਾ ਕੈਂਡੀਡੇਟ ਇੱਕ ਤਰ੍ਹਾਂ ਦਾ ਚੋਣ ਮੈਦਾਨ ਦੇ ਵਿੱਚੋਂ ਵਾਪਸ ਕਰ ਲਿਆ। ਤਾਂ ਜੀ, ਚੋਣ ਲੜਨਾ ਅਤੇ ਇੱਕ ਕੈਂਡੀਡੇਟ ਨੂੰ ਵਾਪਸ ਕਰਨਾ, ਉਸਦਾ ਇਸ ਨਾਲ ਕੀ ਨਾਤਾ ਹੈ ਅਤੇ ਕਿਸ ਕਾਰਨਾਂ ਕਰਕੇ ਜਿਹੜਾ ਕੈਂਡੀਡੇਟ ਨੂੰ ਵਾਪਸ ਕਰ, ਕਿਉਂਕਿ ਕੈਂਡੀਡੇਟ ਦਾ ਚੋਣ ਲੜਨੀ ਹੈ ਲੋਕਾਂ ਦੇ ਹੱਕਾਂ ਵਾਸਤੇ, ਜਿਵੇਂ ਤੁਸੀਂ ਗੱਲ ਕਰਦੇ ਸੀ ਕਿ ਲੋਕਾਂ ਦੇ ਹੱਕਾਂ ਵਾਸਤੇ ਲੜਨਾ, ਅੱਜ ਉੱਥੇ ਹੀ ਲੜਾਈ ਦੇ ਵਿੱਚੋਂ ਪਿੱਛੇ ਕਿਉਂ ਹਟਿਆ ਜਾ? ਸਾਨੂੰ ਇਹ ਹੋ ਗਿਆ ਨਾ, ਮਤਲਬ ਇੱਕ ਅੰਬੇਦਕਰ ਨੇ ਸੰਵਿਧਾਨ ਬਣਾਇਆ ਭਾਰਤ ਦਾ ਬਹੁਤ ਲੋਕਾਂ ਨੂੰ ਇਨਸਾਫ ਦੇਣ ਵਾਸਤੇ, ਮਤਲਬ ਉਹ ਇੱਕ ਬਣਾਏ ਹੋਏ ਸੰਵਿਧਾਨ ਦੀਆਂ ਸੈਂਟਰ ਸਰਕਾਰ ਨੇ ਧਜੀਆਂ ਲਾਈਆਂ ਨੇਗੀਆਂ। ਹੋਰ ਅੱਜ ਮੌਕੇ 'ਤੇ ਇਹੀ ਰੋਸ ਕਰ ਸਕਦੇ ਹਾਂ ਕਿ ਵੀ ਜਿਹੜੇ ਸੰਵਿਧਾਨ ਦੀ ਸਹੁੰ ਖਾ ਕੇ ਇਲੈਕਸ਼ਨ ਲੜਦੇ ਹਾਂ ਅਤੇ ਉਹ ਸੰਵਿਧਾਨ ਦੀਆਂ ਧਜੀਆਂ ਡਾ ਜਾ ਰਹੀਆਂ ਨੇਗੀਆਂ, ਇਹੋ ਜਿਹੀ ਇਲੈਕਸ਼ਨ ਦੇ ਸੰਵਿਧਾਨ ਦੇ ਲੜਾਂਗੇ, ਸਾਨੂੰ ਠੀਕ ਨਹੀਂ ਲੱਗੀ। ਅਸੀਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਹੀ ਅੱਜ ਦਾ ਮੌਕਾ ਰੋਸ ਦਿਖਾਇਆ ਗਾ, ਅਸੀਂ ਆਪਦਾ ਕੈਂਡੀਡੇਟ ਵਾਪਸ ਦਿੱਤਾ ਗਾ। ਨਹੀਂ, ਸਾਨੂੰ ਮਾਨਸਾ ਹਲਕੇ ਦੀ ਮੇਰਾ ਇੱਕ ਮਤਲਬ ਜੇ ਕਹਿ ਦਈਏ ਕੈਂਡੀਡੇਟ ਸੀਗਾ ਗੁਰਨਾਮ ਸਿੰਘ ਭੀਖੀ, ਜਨ ਸਕੱਤਰ ਹੈ ਮੇਰੀ ਜਥੇਬੰਦੀ ਦਾ, ਇਹਨੂੰ ਅਸੀਂ ਆਪਦਾ ਵਾਪਸ ਬੁਲਾ ਲਿਆ। ਕੀ ਸਮਝ ਸਕਦੇ ਹਾਂ ਵੀ ਰੁਲਦੂ ਸਿੰਘ ਮਾਨਸਾ ਅੱਜ ਤੋਂ ਜਿਹੜਾ ਸੰਯੁਕਤ ਸਮਾਜ ਮੋਰਚੇ ਦੇ ਜਿੰਨੇ ਕੈਂਡੀਡੇਟ ਨੇ ਉਹਨਾਂ ਦਾ ਪ੍ਰਚਾਰ ਵੀ ਨਹੀਂ ਕੀਤਾ ਜਾਏਗਾ? ਨਹੀਂ, ਮੇਰੀ ਗੱਲ ਸੁਣੋ, ਜਿੱਥੇ ਲੋਕ ਨੇ, ਲੋਕਾਂ ਨੇ ਫੈਸਲਾ ਕਰਨਾ, ਉਹਨਾਂ ਨੂੰ ਵੋਟਾਂ ਪਾਉਣੀਆਂ ਨੇਗੀਆਂ, ਠੀਕ ਹੈ ਨਾ ਗੱਲ? ਜਿੱਥੇ ਦੂਜੇ ਹਲਕਿਆਂ 'ਚ ਬੈਠੇ ਨੇ ਲੋਕ ਵੋਟਾਂ ਪਾਉਣਗੇ, ਲੋਕਾਂ ਨੇ ਫੈਸਲਾ ਕਰਨਾ ਆਉਣੇ ਦੇ ਵਿੱਚ ਕਿਹਦੀ ਸਰਕਾਰ ਬਣਾਉਣੀ ਆ, ਕੀ ਕਰਨਾ ਹੈਗਾ, ਅਸੀਂ ਰੋਸ ਵਜੋਂ ਆਪਦਾ ਕੈਂਡੀਡੇਟ ਵਾਪਸ ਕਰ ਲਿਆ। ਫਿਰ ਪ੍ਰਚਾਰ ਨੂੰ ਲੈ ਕੇ ਜਿਹੜੀ ਮੁਹਿੰਮ ਸੀ ਪਹਿਲਾਂ ਪ੍ਰਚਾਰ ਵੱਲੋਂ ਵਿੱਢੀ ਗਈ ਸੀ, ਪ੍ਰਚਾਰ ਕਿਸ ਤਰੀਕੇ ਨਾਲ ਕੀਤਾ ਜਾਊਗਾ, ਕੀਤਾ ਜਾਵੇਗਾ ਜਾਂ ਨਹੀਂ ਕੀਤਾ ਜਾਏਗਾ ਰੁਲਦੂ ਸਿੰਘ ਮਾਨਸਾ? ਨਹੀਂ ਨਹੀਂ, ਪ੍ਰਚਾਰ ਬਿਲਕੁਲ ਨਹੀਂ, ਮਤਲਬ ਅਸੀਂ ਤਾਂ ਪ੍ਰਚਾਰ ਬੰਦ ਕਰਤੇ ਇੱਥੋਂ, ਅਸੀਂ ਗੱਡੀਆਂ ਜਿਹੜੀਆਂ 3-4 ਲਾਈਆਂ ਹੋਈਆਂ ਸੀਗੀਆਂ, ਉਹ ਜਿਹੜੇ ਸਾਡੇ ਅੱਜ ਸੁਆ ਬਾਡੀਗਾਰਡ ਨੇ ਉਹ ਵਾਪਸ ਕਰ ਦਾਂਗੇ ਅਸੀਂ। ਅਸੀਂ ਕੋਈ ਪ੍ਰਚਾਰ ਨਹੀਂ ਕਰਨਾ, ਅਸੀਂ ਇਲੈਕਸ਼ਨ ਹੀ ਨਹੀਂ ਲੜਨਾ, ਮਤਲਬ ਕਿਤੇ ਪੋਲਿੰਗ ਨਹੀਂ ਲਾਉਣਾ, ਕੁਛ ਨਹੀਂ ਕਰਨਾ। ਪ੍ਰਧਾਨ ਜੀ, ਕਿਤੇ ਇਹ ਪਹਿਲਾਂ ਤਾਂ ਤੋਂ ਹੀ ਲਿਆ ਵੀ ਜਿਹੜੇ ਤੁਹਾਡੇ ਜਿਹੜਾ ਸਮਝਦੇ ਹੋ ਜਿਹੜੇ ਖੇਡ ਉਨੀਆਂ ਵੋਟਾਂ ਜਿੰਨੀ ਆਸ ਸੀਗੀ ਉਹ ਨਹੀਂ ਪੈਣੀਆਂ? ਮੈਂ ਕਹਿੰਦਾ 7 ਤੋਂ ਘੱਟ ਵਾਲੇ ਵੋਟਾਂ ਵਾਲੇ ਵੀ ਪਏ ਨੇਗੇ, ਉਹ ਰੱਖਣੀ ਮੇਰੀ ਇੱਕ ਤੁਸੀਂ ਮੇਰੀ ਗੱਲ, ਮੈਂ ਕਹਿੰਦਾ ਘੱਟ ਵੋਟਾਂ ਉਹ ਕਿਹੜਾ ਵਾਪਸ ਲੈਣਗੇ? ਆਪਣੇ ਹਲਕੇ 13 ਉਮੀਦਵਾਰ ਨੇ, 11 ਨੇ, ਜਿੱਤਣਾ ਤਾਂ 1 ਨੇ ਆ ਨਾ। ਇਹ ਇੱਕ ਰੋਸ ਆ, ਰੋਸ ਤੋਂ ਵਜ੍ਹਾ ਅਸੀਂ ਇਹ ਕੰਮ ਕਰਿਆ ਹੈਗਾ। ਮਤਲਬ 2-3 ਸਰਕਾਰ ਨੇ ਫੈਸਲੇ ਗਲਤ ਕਰਨੇ, ਚਾਹੇ ਅਦਾਲਤਾਂ ਨੇ ਕਰੇ ਨੇ, ਕਿਸੇ ਨੇ ਕਰੇ ਨੇਗੇ, ਇਹ ਰੋਸ ਅਸੀਂ ਦਿਖਾ ਸਕਦੇ ਹਾਂਗੇ, ਦਿਖਾਇਆ।